ਹੜਾ ਮਾਰੇ ਪੰਜਾਬ ਦੀ ਗੱਲ ਕਰ ਲਈਏ ਤਾਂ ਭਾਵੇਂ ਪਾਖੜਾ ਤੇ ਪੌਂਗ ਡੈਮ ਚੋਂ ਪਾਣੀ ਦਾ ਪੱਧਰ ਘਟਾ ਦਿੱਤਾ ਗਿਆ ਹੈ ਪਰ ਪੰਜਾਬ ਦੇ 7 ਜ਼ਿਲ੍ਹੇ ਹਾਲੇ ਵੀ ਹੜ੍ਹਾਂ ਦੀ ਲਪੇਟ ਦੇ ਵਿੱਚ ਨੇ ਕਿਤੋਂ ਕਿਤੋਂ ਰਾਹਤ ਦੀਆਂ ਖਬਰਾਂ ਮਿਲੀਆਂ ਨਹੀਂ ਪਰ ਜ਼ਿਆਦਾਤਰ ਹਾਲਾਤ ਖਰਾਬ ਹੀ ਨੇ ਭਾਰਤ-ਪਾਕਿਸਤਾਨ ਸਰਹੱਦ ਤੇ ਜ਼ੀਰੋ ਲਾਈਨ ਦੇ ਨੇੜੇ ਦਰਜਨਾ ਪਿੰਡਾਂ ਦਾ ਸੰਪਰਕ ਟੁੱਟਦਾ ਜਾ ਰਿਹਾ ਹੈ ਲੋਕ ਪਿੰਡ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਨੇ ਕਰੀਬ 11 ਪਿੰਡਾਂ ਦਾ ਸੜਕੀ ਸੰਪਰਕ ਟੁੱਟ ਚੁੱਕਿਆ ਸਿਰਫ ਕਿਸ਼ਤੀਆਂ ਦੇ ਰਾਹੀਂ ਹੀ ਆਉਣ ਜਾਣ ਹੈ ਲੰਗੇ 36 ਘੰਟਿਆਂ ਦੇ ਵਿੱਚ ਹੜ੍ਹਾਂ ਕਾਰਨ ਪੰਜਾਬ 'ਚ 5 ਹੋਰ ਵਿਅਕਤੀ ਆਪਣੀਆਂ ਜਾਨਾਂ ਗੁਆ ਚੁੱਕੇ ਨੇ ਫਾਜ਼ਿਲਕਾ ਦੀ ਗੱਟੀ ਰਾਜੋਕੇ ਦੇ ਇਲਾਕੇ ਦੇ ਕਰੀਬ ਦੋ ਦਰਜਨ ਪਿੰਡਾਂ ਦੇ ਘਰਾਂ 'ਚ ਪਾਣੀ ਦਾਖਲ ਹੋ ਚੁੱਕਿਆ ਐ ਇਹਨਾਂ ਪਿੰਡਾਂ ਦੇ ਲੋਕਾਂ ਨੇ ਮੁੱਖ ਮੰਤਰੀ ਨੂੰ ਬਚਾਉਣ ਦੇ ਪ੍ਰਬੰਧ ਕੀਤੇ ਜਾਣ ਦੀ ਗੁਹਾਰ ਲਾਈ ਹੈ ਇਸ ਖਿੱਤੇ ਦੇ ਅੱਧੀ ਦਰਜਨ ਸਕੂਲਾਂ ਦੇ ਵਿੱਚ ਵੀ ਪਾਣੀ ਭਰ ਗਿਆ ਤੇ ਮੌਸਮ ਵਿਭਾਗ ਨੇ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਹਾਲੇ ਹੀ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਉਸ ਕਰਕੇ ਪੰਜਾਬ 'ਚ ਹੜ੍ਹਾਂ ਦਾ ਖਤਰਾ ਹਾਲੇ ਟਲਿਆ ਨਹੀਂ ਕਹਿ ਸਕਦੇ ਪਰ ਰਾਹਤ ਦੀ ਗੱਲ ਇਹ ਹੈ ਕਿ ਭਾਖੜਾ ਤੇ ਪੌਂਗ ਡੈਮ ਦੇ ਵਿੱਚੋਂ ਫਲੱਡ ਗੇਟ ਖੋਲੇ ਜਾਣ ਕਰਕੇ ਇੱਥੋਂ ਪਾਣੀ ਕਾਫੀ ਜੜਾ ਘਟਾ ਲਿਆ ਹੈ ਤੇ ਹੁਣ ਜਦੋਂ ਪਹਾੜਾਂ ਤੋਂ ਪਾਣੀ ਆਊਗਾ ਤਾਂ ਫੌਰੀ ਤੌਰ ਤੇ ਡੈਮਾਂ 'ਚੋਂ ਦਰਿਆਵਾਂ 'ਚ ਪਾਣੀ ਛੱਡਣ ਦੀ ਨੌਬਤ ਕਹਿੰਦੇ ਨਹੀਂ ਆਏਗੀ ਸਰਕਾਰ ਕਹਿੰਦੀ ਹੈ ਕਿ ਪ੍ਰਬੰਧ ਕਰ ਲਿਆ ਪਰ ਇਹੀ ਸਰਕਾਰ ਇਹੀ ਪ੍ਰਬੰਧ ਹੈ ਜਿਹੜਾ ਉਹ ਪਹਿਲਾਂ ਕਿਉਂ ਨਹੀਂ ਕੀਤਾ ਗਿਆ ਨਾਲ-ਨਾਲ ਇਹ ਸਵਾਲ ਵੀ ਤੁਰੰਤ ਉੱਠ ਖੜਦਾ ਹੈ ਕਪੂਰਥਲਾ ਤੇ ਫਾਜ਼ਿਲਕਾ ਦੇ ਵਿੱਚ ਛਾੜਾ ਕਰਕੇ 5 ਜਾਨਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਨ੍ਹਾਂ ਜ਼ਿਲ੍ਹਿਆਂ ਦੇ ਹੀ ਤਿੰਨ ਹੋਰ ਵਿਅਕਤੀ ਲਾਪਤਾ ਜਾ ਰਹੇ ਨੇ ਫਾਜ਼ਿਲਕਾ ਦੇ ਪਿੰਡ ਤੇਜਾ ਰੋਹਿਲਾ ਦਾ ਰਾਜ ਸਿੰਘ 45 ਸਾਲ ਦੀ ਉਮਰ ਸੀ ਪਾਣੀ ਵਿੱਚ ਰੁੜ ਗਿਆ ਉਹ ਬੇੜੀ ਵਿੱਚ ਆਪਣੇ ਪਿੰਡ ਦੇ ਹਾਲਾਤ ਦੇਖਣ ਜਾ ਰਿਹਾ ਸੀ ਇਸੇ ਤਰ੍ਹਾਂ ਪਿੰਡ ਘੁਰਕਾ ਚ 11 ਸਾਲ ਦਾ ਬੱਚਾ ਰੁੜ ਗਿਆ ਤੇ ਇਨਾਂ ਇਲਾਕਿਆਂ ਦੇ ਵਿੱਚ 10000 ਏਕੜ ਰਕਵੇ ਦੀ ਫਸਲ ਹੜਾਂ ਕਰਕੇ ਤਬਾਹ ਹੋ ਗਈ ਹੈ ਸਰਹੱਦੀ ਜ਼ਿਲ੍ਹੇ ਤਰਨਤਾਰਨ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਸੈਂਕੜੇ ਪਿੰਡਾਂ ਦੇ ਹਾਲਾਤ ਤਾਂ ਬਦ ਤੋਂ ਬਦਤਰ ਬਣੇ ਹੋਏ ਨੇ ਇਹਨਾਂ ਪਿੰਡਾਂ ਦੇ ਵਿੱਚੋਂ ਕਈ ਪਿੰਡਾਂ ਦੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਿ ਸਰਕਾਰ ਹੁਣ ਦੇ ਕੀ ਹੈ ਕਿਉਂਕਿ ਉੱਥੇ ਸਰਕਾਰ ਦੀ ਕਦੇ ਪ੍ਰਸ਼ਾਸਨ ਦੀ ਪਹੁੰਚ ਹੀ ਨਹੀਂ ਹੋਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਰੀਬ 200 ਘਰਾਂ ਨੂੰ ਨੁਕਸਾਨ ਪਹੁੰਚਿਆ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1673.70 ਫੁੱਟ ਤੇ ਆ ਗਿਆ ਤੇ ਪੌਂਗ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਜਿਹੜਾ ਪਹਿਲਾਂ ਖਤਰੇ ਦੇ ਨਿਸ਼ਾਨ ਤੋਂ ਉੱਤੇ ਚੱਲ ਰਿਹਾ ਸੀ ਉਹ ਹੁਣ 10 ਫੁੱਟ ਹੇਠਾਂ ਆ ਗਿਆ ਫਾਜ਼ਿਲਕਾ ਜਲਾਲਾਬਾਦ ਦੇ ਵਿੱਚ ਕਾਵਾ ਵਾਲੀ ਪੱਤਣ ਤੋਂ 200 ਲੋਕ ਪ੍ਰਸ਼ਾਸਨ ਨੇ ਸੁਰੱਖਿਤ ਕੱਢ ਲਏ ਨੇ ਇਸ ਜ਼ਿਲ੍ਹੇ ਦੇ ਵਿੱਚ 8000 ਹੈਕਟੇਅਰ ਰਕਬੇ ਦੇ ਵਿੱਚ ਪਾਣੀ ਭਰ ਗਿਆ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਸਕੂਲ 26 ਅਗਸਤ ਤੱਕ ਬੰਦ ਰਹਿਣਗੇ ਤੇ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ 15 ਪਿੰਡਾਂ ਦੇ ਲੋਕਾਂ ਲਈ ਸਿਰਫ ਐਨਡੀਆਰਐਫ ਦੀ ਇੱਕ ਕਿਸ਼ਤੀ ਜਿਹੜੀ ਹੈ ਉਹ ਲਾਈ ਗਈ ਹੈ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਦੇ ਲਈ ਐਨਡੀਆਰਐਫ ਦੀ ਸਿਰਫ ਇੱਕ ਕਿਸ਼ਤੀ ਕਿੰਨੀ ਕੁ ਰਾਹਤ ਪਹੁੰਚਾਉਂਦੀ ਹੋਵੇਗੀ ਆਪਾਂ ਸਮਝ ਸਕਦੇ ਹਾਂ ਇਸ ਇਲਾਕੇ ਦੇ ਵਿੱਚ ਲੋਕਾਂ ਨੂੰ ਜਿੱਥੇ ਪੀਣ ਵਾਲੇ ਪਾਣੀ ਦੀ ਲੋੜ ਹੈ, ਰਾਸ਼ਨ ਦੀ ਲੋੜ ਹੈ, ਭੋਜਨ ਦੀ ਲੋੜ ਹੈ, ਉੱਥੇ ਪਸ਼ੂਆਂ ਦੇ ਲਈ ਹਰਾ ਚਾਰਾ ਵੀ ਨਹੀਂ ਮਿਲ ਰਿਹਾ। ਸਰਕਾਰ ਕਦੋਂ ਪਹੁੰਚੇਗੀ ਇਹ ਤਾਂ ਪਤਾ ਨਹੀਂ, ਪਰ ਜੇ ਜਥੇਬੰਦੀਆਂ ਨੇ ਜਿਹੜੀਆਂ ਉਹ ਸੁਣਦੀਆਂ ਹੋਣ, ਐਨ ਜੀਓਜ਼ ਦੇ ਨਾਲ ਜੁੜੇ, ਲੋਕ ਸੁਣਦੇ ਹੋਣ ਤਾਂ ਤੁਸੀਂ ਜ਼ਰੂਰ ਇਸ ਇਲਾਕੇ ਦੀ ਮਦਦ ਕਰ ਸਕਦੇ ਹੋ। ਜਲੰਧਰ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਹਾਈ ਸਕੂਲ ਹੜ ਦੀ ਲਪੇਟ ਦੇ ਵਿੱਚ ਨੇ ਪਾਣੀ ਕਰਕੇ ਸਕੂਲ ਦਾ ਸਾਰਾ ਸਮਾਨ ਨੁਕਸਾਨਿਆ ਗਿਆ ਹੈ। ਦੇਵਿਗੜ੍ਹ ਦੇ ਪਿੰਡ ਬੁੱਧਮੌਰ ਨੇੜੇ ਟਾਂਗਰੀ ਨਦੀ ਦੇ ਵਿੱਚ ਲੰਘੀ ਦਿਨੀ ਦੋ ਛੋਟੀਆਂ ਬੱਚੀਆਂ ਨਦੀ ਦੇ ਕੰਢੇ ਤੇ ਲੱਗੇ ਅਮਰੂਦ ਦੇ ਰੁੱਖ ਤੋਂ ਅਮਰੂਦ ਤੋੜਦਿਆਂ ਪਾਣੀ ਵਿੱਚ ਡਿੱਗ ਗਈਆਂ ਸੀ ਤੇ ਉਹਨਾਂ ਦੋਵਾਂ ਦੀ ਮਰਤਕ ਦੇਹਾਂ ਬਰਾਮਦ ਹੋ ਗਈਆਂ ਨੇ ਦੋਵੇਂ ਬੱਚੀਆਂ ਦੀ ਉਮਰ 9 ਸਾਲ ਤੇ 11 ਸਾਲ ਸੀ ਇਸ ਘਟਨਾ ਦੀ ਖਬਰ ਸੁਣ ਕੇ ਵਿਧਾਇਕ ਹਰਮੀਤ ਸਿੰਘ ਪਟਾਣ ਮਾਜਰਾ ਵੀ ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਪਰਿਵਾਰ ਨੂੰ ਮਦਦ ਦੇਣ ਦਾ ਭਰੋਸਾ ਦਿੱਤਾ ਕੱਲ ਬੱਚੀਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤਰਨਤਾਰਨ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਦੇ ਪਿੰਡ ਕੜੂਮ ਨੇੜੇ ਤੁਸੀ ਬਨ ਵਿੱਚ 4 ਦਿਨ ਪਹਿਲਾਂ ਪਾੜ ਪੈ ਗਿਆ ਸੀ ਜਿਸ ਨੂੰ ਪੂਰਨ ਦਾ ਕੰਮ ਹਾਲੇ ਤੱਕ ਵੀ ਸ਼ੁਰੂ ਨਹੀਂ ਹੋਇਆ ਹੜਾ ਕਾਰਨ ਇਲਾਕੇ ਦੇ ਕਿਸਾਨਾਂ ਤੇ ਆਮ ਲੋਕਾਂ ਦੇ ਲਈ ਸਮੱਸਿਆਵਾਂ ਪਹਿਲਾਂ ਵਾਂਗ ਹੀ ਇੱਥੇ ਖੜੀਆਂ ਹੋ ਗਈਆਂ ਨੇ ਇਸ ਪਾੜ ਨੂੰ ਪੂਰਨ ਲਈ ਸਰਕਾਰ ਤੋਂ ਇਲਾਵਾ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਆਪਣਾ ਕੰਮ ਕਰਨ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਪਾੜ ਕੌਮੀ ਮਾਰਗ 54 ਦੀ ਮੁੱਖ ਸੜਕ ਤੋਂ ਤਿਲ 3 ਕਿਲੋਮੀਟਰ ਹਟਵਾ ਹੈ ਹਾਲਾਂਕਿ ਗੁਰਦਾਸਪੁਰ ਦੇ ਵਿੱਚ 250 ਫੁੱਟ ਉੱਚਾ ਤੁਸੀਂ ਬੰਨ 3 ਦਿਨਾਂ ਦੇ ਵਿੱਚ ਪੂਰ ਦਿੱਤਾ ਗਿਆ ਹੈ। ਹੁਸ਼ਿਆਰਪੁਰ ਦੇ ਵਿੱਚ ਹੜਾਂ ਦੀ ਮਾਰ ਹਟਾਏ 29 ਪਿੰਡਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਘਟ ਗਿਆ ਹੈ। ਇਸੇ ਤਰ੍ਹਾਂ ਬਿਆਸ ਦਰਿਆ ਨੇੜਲੇ ਬੇਟੇ ਲੱਕੀ ਵਿੱਚ ਵੀ ਹੜ ਦਾ ਪਾਣੀ ਉਤਰ ਜਾਣ ਤੋਂ ਬਾਅਦ ਜਨ ਜੀਵਨ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ ਹੈ। ਜਗਤਪੁਰ ਟਾਂਡਾ ਨੇੜੇ ਤੁਸੀਂ ਬੰਨ ਚ ਪਏ ਪਾੜ ਨੂੰ ਭਰੇ ਜਾਣ ਤੋਂ ਬਾਅਦ ਪਿੰਡਾਂ ਜਾਵਾ ਜੀ ਬਹਾਲ ਹੋ ਰਹੀ ਹੈ। ਤੇ ਤਿੰਨ ਦਿਨਾਂ ਦੇ ਵਿੱਚ ਇਸ ਪਾੜ ਨੂੰ ਭਰੇ ਜਾਣ ਮੌਕੇ ਇਲਾਕਾ ਵਾਸੀ ਨੇ ਜਕੜੇ ਛੱਡ ਕੇ ਖੁਸ਼ੀਆਂ ਦਾ ਪ੍ਰਗਟਾਵਾ ਕੀਤਾ ਪੰਜਾਬ ਦੇ ਵਿੱਚ ਇਹਨਾਂ ਹੜ੍ਹਾਂ ਦੇ ਹਾਲਾਤਾਂ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਪਿਛਲੇ 2 ਦਿਨਾਂ ਤੋਂ ਸੂਬੇ ਤੋਂ ਬਾਹਰ ਚੋਣ ਪ੍ਰਚਾਰ ਕਰਨ ਲਈ ਦੋ ਵੱਖ-ਵੱਖ ਸੂਬਿਆਂ 'ਚ ਗਏ ਹੋਏ ਸਨ ਇਸ ਦਰਮਿਆਨ ਵਿਰੋਧੀ ਲਗਾਤਾਰ ਉਹਨਾਂ ਨੂੰ ਘੇਰ ਰਹੇ ਨੇ ਬੁਲਾਤ ਸੁਵਿਧਾ ਐਕਸੋਪਾਲ ਸਿੰਘ ਖਹਿਰ ਨੇ ਕਿਹਾ ਕਿ ਭਗਵੰਤ ਮਾਨ ਦੇ ਵੱਲੋਂ ਮੁਰਗੀਆਂ ਬੱਕਰੀਆਂ ਦਾ ਵੀ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਸਰਕਾਰ ਨੇ ਹੁਣ ਮੁਆਵਜ਼ਾ ਜਾਰੀ ਕਰਨ ਲਈ ਕਿਸਾਨਾਂ ਤੇ ਸ਼ਰਤਾਂ ਲਾ ਦਿੱਤੀਆਂ ਨੇ ਕਹਿੰਦੇ ਸ਼ਰਤ ਇਹ ਲਾਈ ਹੈ ਕਿ ਸਿਰਫ 5 ਏਕੜ ਤੱਕ ਦਾ ਹੀ ਮੁਆਵਜ਼ਾ ਦਿੱਤਾ ਜਾਵੇ ਭਾਵੇਂ ਕਿਸਾਨ ਦੀ 100 ਏਕੜ ਫਸਲ ਹੀ ਕਿਉਂ ਨਾ ਬਰਬਾਦ ਹੋ ਗਈ ਹੋਵੇ ਤੇ ਪੰਜਾਬ ਸਰਕਾਰ ਦੇ ਵੱਲੋਂ ਇਹ ਸ਼ਰਤ ਲਾਏ ਜਾਣ ਕਾਰਨ ਕਿਸਾਨ ਕਹਿੰਦੇ ਨਿਰਾਸ਼ ਨੇ ਦੂਸਰੇ ਪਾਸੇ ਅਕਾਲੀ ਦਲ ਨੇ ਰਾਜ ਕੇ ਪੜਾਸ ਕਰਦੇ ਕਿਹਾ ਕਿ ਦੂਜੇ ਦਿਨ ਵੀ ਪੰਜਾਬ ਨਹੀਂ ਮੁੜੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਰੋ ਰਿਹਾ ਹੈ ਕੁਰਲਾ ਰਿਹਾ ਹੈ पर भगवंत मान केजरीवाल ਨਾਲ ਮੱਧ ਪ੍ਰਦੇਸ਼ ਵੋਟਾਂ ਦਾ ਪ੍ਰਚਾਰ ਕਰ ਰਹੇ ਨੇ ਇਸ ਤੋਂ ਵੱਧ ਲਾਪਰਵਾਹੀ ਤੇ ਮੌਕਾਪ੍ਰਸਤੀ ਕੀ ਹੋ ਸਕਦੀ ਹੈ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ ਫਿਰੋਜ਼ਪੁਰ ਹਲਕੇ ਦੇ ਕੁਝ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਵੀ ਪਹੁੰਚੇ ਪਰ ਸੁਖਬੀਰ ਬਾਦਲ ਦੇ ਪਹੁੰਚਣ ਤੋਂ ਪਹਿਲਾਂ ਹੀ ਸੋਮਵਾਰ ਰਾਤ ਨੂੰ ਫਿਰੋਜ਼ਪੁਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਆਪਣੇ ਸੰਸਦ ਮੈਂਬਰ ਦੇ ਲਾਪਤਾ ਹੋਣ ਦੇ ਪੋਸਟਰ ਲੋਕਾਂ ਨੇ ਲਾ ਦਿੱਤੇ ਸਨੀ ਦਿਓਲ ਤੇ ਕਿਰਨ ਖੇਰ ਵਾਂਗ ਉਸਖਬੀਰ ਬਾਦਲ ਨੂੰ ਵੀ ਲਾਪਤਾ ਦੱਸ ਕੇ ਲੱਭਣ ਦੀ ਕੋਸ਼ਿਸ਼ ਕੀਤੀ ਗਈ ਲੋਕਾਂ ਦਾ ਕਹਿਣਾ ਕਿ ਫਿਰੋਜ਼ਪੁਰ ਸੰਸਦੀ ਸੀਟ ਜਿੱਤਣ ਤੋਂ ਬਾਅਦ ਸੁਖਬੀਰ ਬਾਦਲ ਕਦੀ ਕਦਾਈਂ ਹੀ ਲੋਕਾਂ ਨੂੰ ਦਰਸ਼ਨ ਦਿੰਦੇ ਨੇ ਜਿਸ ਕਰਕੇ ਦੇ ਲੋਕਾਂ ਦੇ ਅੰਦਰ ਸੁਖਬੀਰ ਖਿਲਾਫ ਗੁੱਸਾ ਹੈ ਹਾਲਾਂਕਿ ਇੱਥੇ ਪਹੁੰਚੇ ਸੁਖਬੀਰ ਬਾਦਲ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਪ੍ਰਭਾਵਿਤ ਲੋਕਾਂ ਦੇ ਲਈ ਉਹ ਰਾਸ਼ਨ ਦੇ ਬੇੜੇ ਵੀ ਲੈ ਕੇ ਪਹੁੰਚੇ ਅਤੇ ਕਿਹਾ ਕਿ ਸਰਕਾਰ ਤੋਂ ਲੋਕਾਂ ਨੂੰ ਕੋਈ ਉਮੀਦ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਨੇ ਲੋੜ ਵਕਤ ਪੰਜਾਬੀਆਂ ਨੂੰ ਛੱਡ ਦਿੱਤਾ ਹੜਪ੍ਰਭਾਵਿਤ ਇਲਾਕਿਆਂ ਦੀ ਥਾਂ ਕੇਜਰੀਵਾਲ ਦੇ ਨਾਲ ਮਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਢੇੜੇ ਮਾਰਨ ਦਾ ਇਲਜ਼ਾਮ ਲਾਇਆ ਪਾਣੀ ਨੇ ਹਜ਼ਾਰਾਂ ਏਕੜ ਜ਼ਮੀਨ ਤਬਾਹ ਕਰ ਦਿੱਤੀ ਆ ਪਿੰਡ ਵੀ ਵਿਚਾਰਾ ਸਾਰਾ ਡੁੱਬ ਗਿਆ ਜਿਹੜਾ ਆ ਕੇ ਆਇਆ ਉਹ ਜਿਹੜਾ ਵੱਡਾ ਕਾਰਨ ਮੈਂ ਜਿਹੜਾ ਦੇਖਿਆ ਆ ਸਰਕਾਰ ਦੀ ਲੈਨੈਕੀ ਟਾਈਮ ਦੇ ਵਿੱਚ ਜਦੋਂ ਪਤਾ ਹੈ ਕਿ ਪਾਣੀ ਵੱਧ ਰਿਹਾ ਤੇ ਹੌਲੀ ਹੌਲੀ ਛੱਡਣਾ ਸੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਅਸੀਂ ਹਰ ਰੋਜ਼ ਦੇਖਦੇ ਹੁੰਦੇ ਸੀ ਲੈਵਲ ਕੀ ਹੈ ਜੇ ਆਪਾਂ ਨੂੰ ਲੈਵਲ ਲੱਗਦਾ ਹੈ ਖਰਾਬ ਚੱਲ ਰਿਹਾ ਤੇ ਅਸੀਂ ਥੋੜਾ ਪਾਣੀ ਛੱਡ ਦਿੰਦੇ ਥੋੜਾ ਕਰਕੇ ਉਹ ਥੋੜੇ ਥੋੜੇ ਕਰਕੇ ਫਿਰ ਆ ਜਿਹੜਾ ਹੜ ਨਹੀਂ ਆਉਂਦੇ ਸੀ ਹੜ ਆਏ ਕਿਉਂਕਿ ਜਦੋਂ ਭਰ ਗਿਆ ਸਾਰਾ ਫਿਰ ਕੱਲਾ ਸਾਰਾ ਛੜਦਾ ਕਿਉਂਕਿ ਇੰਤਜਰਬਾਤਾ ਹੈ ਨਹੀਂ ਆ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਦੂਜੀ ਪਾਸ ਦੂਜੀ ਗੱਲ ਹੈ ਕਿ ਭਗਵੰਤ ਮਾਨ ਤਾਂ ਰਹਿੰਦੇ ਨਹੀਂ ਇੱਥੇ ਦੂਜੇ ਸੂਬੇ ਰਹਿੰਦਾ ਹੈ ਐਸ ਕਰਕੇ ਅੱਜ ਜਦ ਮੈਂ ਇਲਾਕਾ ਪਿਛਲੀ ਵਾਰ ਵੀ ਆਇਆ ਸੀ ਹੁਣ ਵੀ ਦੇਖਿਆ ਤਾਂ ਇੱਕੀ ਬਹੁਤ ਜ਼ਿਆਦਾ ਨੁਕਸਾਨ ਇੱਕੀ ਜ਼ਿਆਦਾ ਹੋਇਆ ਸੁਖਬੀਰ ਬਾਦਲ ਨੇ ਲੋਕਾਂ ਤੋਂ ਉਹਨਾਂ ਦੀ ਪਰੇਸ਼ਾਨੀ ਸੁਣੀ ਮੌਕੇ ਤੇ ਹੱਲ ਕਰਨ ਦਾ ਦਾਵਾ ਵੀ ਕੀਤਾ ਤੇ ਸੁਖਬੀਰ ਇੱਥੇ ਆਪਣੇ ਨਾਲ ਲੋਕਾਂ ਦੇ ਲਈ ਲੋੜਿੰਦੀ ਰਾਹਤ ਸਮਗਰੀ ਵੀ ਲੈ ਕੇ ਪਹੁੰਚੇ ਸਨ ਪੀਸੀ ਦੀ ਡਿਊਟੀ ਲਈ ਹੈ ਉਹ ਲੰਗਰ ਸੇਵਾ ਉਹਨਾਂ ਨੇ ਸ਼ੁਰੂ ਕੀਤੀ ਹੈ ਅੱਜ ਮੈਂ ਫੀਡ ਵੀ ਮੰਗਾਈ ਹੈ ਸਾਰੀ ਸੋ ਐਸ ਇਲਾਕੇ ਜੀ ਕਿਉਂਕਿ ਤੁਸੀਂ ਬੜਾ ਮਾਨ ਦਿੰਦੇ ਰਹੇ ਹੋ ਮੈਨੂੰ ਮੈਨੂੰ ਯਾਦ ਹੈ ਇੱਥੇ ਥੋੜੀ ਸੇਵਾ ਕੀਤੀ ਮੈਂ ਤੇ ਤੁਸੀਂ ਸਾਰੀ ਜਿੰਨੀ ਡਵੈਲਪਮੈਂਟ ਹੋਈ ਹੈ ਤੇ ਸੜਕਾਂ ਬਣੀਆਂ ਗਲੀਆਂ ਵਾਲੀਆਂ ਬਣੀਆਂ ਆਪਾਂ ਆਪਣੀ ਸਰਕਾਰ ਦੇ ਦੌਰਾਨ ਹੀ ਕੀਤਾ ਸੀ ਕਿਉਂਕਿ ਮੇਰੀ ਸੋਚ ਸੀ ਕਿ ਆ ਪਿਛੜੇ ਇਲਾਕੇ ਨੂੰ ਆਪਾਂ ਡਵੈਲਪ ਕਰਨਾ ਹੈ ਜਿੱਥੇ ਖੜੇ ਜੀ ਆਪਾਂ ਹੀ ਬਜਾਇਨ ਦਾ ਪਾਣੀ ਸੋ ਮੇਰਾ ਮਤਲਬ ਹੈ ਕਿ ਆ ਜਿਹੜਾ ਇਲਾਕਾ ਬਹੁਤ ਪਿਛੜ ਗਿਆ ਸੀ ਸਾਰੇ ਜਾਣਦੇ ਹੋ ਕੋਈ ਕਿਸੇ ਨੂੰ ਝੂਠ ਬੋਲਣ ਦੀ ਲੋੜ ਨਹੀਂ ਹੈ ਬਹੁਤ ਪਿਛੜ ਗਿਆ ਸੀ ਮੈਂ ਜਦੋਂ ਆਇਆ ਮੈਨੂੰ ਦੇਖਿਆ ਕਿ ਇੱਥੇ ਲੋਕਾਂ ਦਾ ਬਹੁਤ ਬੁਰਾ ਹਾਲ ਹੈ 10 ਸਾਲ ਮੈਨੂੰ ਮੌਕਾ ਮਿਲਿਆ 7 ਸਾਲ ਮੈਨ ਲੱਗਾ ਕਿਸੇ ਚੀਜ਼ ਦੀ ਪੈਸੇ ਦੀ ਕਮੀ ਨਾ ਕਰਕੇ ਮੈਂ ਕੋਸ਼ਿਸ਼ ਕੀਤੀ ਸਾਰਿਆਂ ਦੇ ਇਥੇ ਕੁੜੇ ਹੋਇਆ ਚਲੋ ਫੈਸਲੇ ਤਾਂ ਹੁੰਦੇ ਜਨਤਾ ਦੇ ਹੁੰਦੇ ਆ ਪਰ ਆਪਾਂ ਸਾਰੇ ਇਕੱਠੇ ਹੋ ਕੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਏ ਮੈਂ ਤੁਹਾਨੂੰ ਸ਼ਾਦ ਹੋਣਾ ਹੈ ਅਸੀਂ ਮੈਂ ਜਿੱਥੇ ਕੀ ਲੋੜ ਹੋਏ ਅਸੀਂ ਤੁਹਾਡੇ ਨਾਲ ਖੜੇ ਆ ਕੋਈ ਚੀਜ਼ ਲੋੜ ਪਈ ਅਸੀਂ ਭੇਜ ਦਾਂਗੇ ਪੰਜਾਬ ਤੋਂ ਇਲਾਵਾ ਹਿਮਾਚਲ ਦੀ ਗੱਲ ਵੀ ਤੁਹਾਨੂੰ ਦੱਸ ਦਿੰਨੇ ਹਾਂ ਮੌਸਮ ਦੀ ਜਾਣਕਾਰੀ ਦੇ ਹੀ ਚੁੱਕੀਆਂ ਕਿ ਮੌਸਮ ਹਾਲੇ ਵੀ ਕਹਿਰਵਾਨ ਹੈ ਟਿੱਗਾਂ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ ਲੈਂਡਸਲਾਈਡ ਦਾ ਪੂਰਾ ਖਤਰਾ ਬਣਿਆ ਹੋਇਆ ਹੈ ਜਾਨਾ ਇਥੇ 80 ਦੇ ਕਰੀਬ ਚਲੀਆਂ ਗਈਆਂ ਨੇ ਪਿਛਲੇ ਇੱਕ ਹਫਤੇ ਦੇ ਵਿੱਚ ਮੰਡੀ ਜ਼ਿਲ੍ਹੇ ਦੇ ਵਿੱਚ ਕੋਲ ਡੈਮ ਹਾਈਡਲ ਪ੍ਰੋਜੈਕਟ ਦੇ ਡੈਮ ਚ ਫਸੇ 10 ਲੋਕਾਂ ਨੂੰ ਐਨਡੀਆਰਫ ਦੀ ਟੀਮ ਨੇ ਰਾਤ ਭਰ ਚਲਾਈ ਮਹਿੰਮ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਬਚਾਏ ਗਏ ਲੋਕਾਂ ਦੇ ਵਿੱਚ ਜੰਗਲਾਤ ਵਿਭਾਗ ਦੇ ਪੰਜ ਮੁਲਾਜ਼ਮ ਵੀ ਸ਼ਾਮਲ ਸਨ ਦਰਅਸਲ ਕੁਝ ਦਿਨਾਂ ਤੋਂ ਪੈ ਰਹੀ ਭਾਰੀ ਮੀਂਹ ਤੋਂ ਬਾਅਦ ਡੈਮ ਚ ਤੈਰਦੀਆਂ ਹੋਈਆਂ ਲੱਕੜਾਂ ਆ ਗਈਆਂ ਸਨ ਤੇ ਪੰਜ ਮੁਲਾਜ਼ਮ ਕੁਝ ਸਥਾਨਕ ਲੋਕਾਂ ਨਾਲ ਹਾਲਾਤਾਂ ਦਾ ਜਾਇਜ਼ਾ ਲੈਣ ਗਏ ਸੀ ਪਰ ਉਹਨਾਂ ਦੀ ਕਿਸ਼ਤੀ ਤੱਤਾ ਪਾਣੀ ਨੇੜੇ ਗਾਰੇ ਤੇ ਲੱਕੜਾਂ ਕਾਰਨ ਫਸ ਗਈ। ਉਸ ਤੋਂ ਬਾਅਦ ਐਨਡੀਆਰਐਫ ਦੀ 14ਵੀਂ ਬਟਾਲੀਅਨ ਦੀ ਟੀਮ ਰਾਤ ਨੂੰ ਕਰੀਬ 11:30 ਵਜੇ ਸਟੀਮਰ ਕਿਸ਼ਤੀ ਰਾਹੀਂ ਰਵਾਨਾ ਹੋਈ ਤੇ ਲੰਬੀ ਜਦੋ-ਜਹਿਦ ਤੋਂ ਬਾਅਦ ਇਹਨਾਂ 10 ਜਣਿਆਂ ਨੂੰ ਆਖਰਕਾਰ ਬਚਾ ਲੈ ਗਿਆ। ਪੰਜਾਬ ਦੇ 5 ਸੂਬਿਆਂ ਦੇ ਕਿਸਾਨਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਟਰੈਕਟਰ ਮਾਰਚ ਕੱਢਣ ਤੋਂ ਬਾਅਦ ਤਰਨਾ ਦੇਣ ਦਾ ਐਲਾਨ ਕੀਤਾ ਸੀ ਪਰ ਉਸ ਤੋਂ ਇੱਕ ਦਿਨ ਪਹਿਲਾਂ ਹੀ ਪੁਲਿਸ ਨੇ ਵੱਡੀ ਗਿਣਤੀ ਦੇ ਵਿੱਚ ਕੱਲ ਪੰਜਾਬ ਚ ਕਿਸਾਨਾਂ ਦੀ ਫੜੋਫੜਾਈ ਸ਼ੁਰੂ ਕਰ ਦਿੱਤੀ ਹਰਿਆਣਾ ਦੇ ਵਿੱਚ 20 ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹਾਲਾਂਕਿ ਕਿਸਾਨਾਂ ਨੇ ਅੱਜ ਤੋਂ ਚੰਡੀਗੜ੍ਹ ਵਿੱਚ ਸ਼ੁਰੂ ਹੋਣ ਵਾਲਾ ਮੋਰਚਾ ਨਾ ਤਾਂ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ ਤੇ ਨਾ ਹੀ ਰੱਦ ਕੀਤਾ ਹੈ ਜ਼ਾਹਿਰ ਤੌਰ ਤੇ ਕਿਸਾਨ ਵੱਡੀ ਗਿਣਤੀ ਵਿੱਚ ਵਹੀਰਾਂ ਘੱਟ ਕੇ ਪੰਜਾਬ ਤੋਂ ਹਰਿਆਣਾ ਤੋਂ ਅਤੇ ਰਾਜਸਥਾਨ ਸਮੇਤ ਉੱਤਰਾਖੰਡ ਤੇ ਯੂਪੀ ਤੋਂ ਵੀ ਪੰਜਾਬ ਪਹੁੰਚਣ ਦੀ ਕੋਸ਼ਿਸ਼ ਕਰਨਗੇ ਪਰ ਪੁਲਿਸ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਟ੍ਰੀਟ ਕਰੇਗੀ ਇਹ ਥੋੜੇ ਸਮੇਂ ਤੱਕ ਸਾਨੂੰ ਪਤਾ ਲੱਗ ਜਾਵੇਗਾ ਕੱਲ ਪੂਰੇ ਪੰਜਾਬ ਦੇ ਵਿੱਚ ਪੁਲਿਸ ਨੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਹਿਰਾਸਤ ਦੇ ਵਿੱਚ ਲਿਆ 100 ਤੋਂ ਵੱਧ ਕਿਸਾਨ ਲੀਡਰਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਸਾਡੇ ਕੋਲ ਜਾਣਕਾਰੀ ਹੈ ਅਤੇ ਕਈਆਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਪੁਲਿਸ ਦੀ ਇਸ ਕਾਰਵਾਈ ਦੇ ਵਿਰੁੱਧ ਕਿਸਾਨ ਜਥੇਬੰਦੀਆਂ ਨੇ ਕੌਮੀ ਤੇ ਰਾਜ ਮਾਰਗਾਂ ਤੇ ਲਗਭਗ ਇੱਕ ਦਰਜਨ ਟੋਲ ਪਲਾਜ਼ਾਂ ਦਾ ਘਰਾਓ ਕਰਕੇ ਕੇਂਦਰ ਤੇ ਸੂਬਾ ਸਰਕਾਰਾਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਕਈ ਟੋਲ ਪਲਾਜ਼ਾਂ ਨੂੰ ਪਰਚੀ ਮੁਕਤ ਵੀ ਕਰ ਦਿੱਤਾ ਕਈ ਥਾਵਾਂ ਤੇ ਕਿਸਾਨਾਂ ਅਤੇ ਪੁਲਿਸ ਦਰਮਿਆਨ ਤਣਾਅ ਦੇਖਣ ਨੂੰ ਮਿਲਿਆ ਤੇ ਸਭ ਤੋਂ ਵੱਡੀ ਘਟਨਾ ਸੰਗਰੂਰ ਦੇ ਲੋਂਗੋਵਾਲ ਦੇ ਵਿੱਚ ਵਾਪਰੀ ਹੈ ਪੁਲਿਸ ਨਾਲ ਝੜਪ ਦੌਰਾਨ ਇੱਥੇ ਇੱਕ ਕਿਸਾਨ ਦੀ ਮੌਤ ਹੋ ਗਈ ਦਰਨਾ ਦੇ ਰਹੇ ਕਿਸਾਨਾਂ ਨੂੰ ਜਦੋਂ ਪੁਲਿਸ ਹਟਾਉਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਦੋਵਾਂ ਤਰਾਂ ਦੇ ਵਿੱਚ ਟਕਰਾਅ ਹੋ ਗਿਆ ਝੜਪ ਹੋਈ ਤੇ ਟਰੈਕਟਰ ਟਰਾਲੀ ਹੀਟ ਆਉਣ ਕਾਰਨ ਕਿਸਾਨ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਜਦਕਿ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਜ਼ਖਮੀ ਹੋਏ ਇੰਸਪੈਕਟਰ ਦੀਪਿੰਦਰ ਸਿੰਘ ਜੇਜੀ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਕਿਸਾਨ ਪ੍ਰੀਤਮ ਸਿੰਘ ਨੂੰ ਵੀ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਾਹ ਵਿੱਚ ਹੀ ਕਿਸਾਨ ਨੇ ਦਮ ਤੋੜ ਦਿੱਤਾ ਜ਼ਖਮੀ ਹੋਇਆ ਇੱਕ ਹੋਰ ਕਿਸਾਨ ਗੁਰਜੰਟ ਸਿੰਘ ਹਸਪਤਾਲ ਚ ਜ਼ੇਰੇ ਇਲਾਜ ਹੈ ਝੜਪ ਤੋਂ ਬਾਅਦ ਇਲਾਕੇ ਦੇ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਕਿਸਾਨਾਂ ਨੇ ਲੌਂਗਵਾਲ ਥਾਣੇ ਦੇ ਮੂਹਰੇ ਸਨਾਮ ਬਰਨਾਲਾ ਰੋਡ ਤੇ ਪੱਕਾ ਮੋਰਚਾ ਵੀ ਸ਼ੁਰੂ ਕਰ ਦਿੱਤਾ ਇਨ੍ਹਾਂ ਝੜਪਾਂ ਦੇ ਲਈ ਜਿੱਥੇ ਕਿਸਾਨ ਪੁਲਿਸ ਨੂੰ ਦੋਸ਼ੀ ਠਹਿਰਾ ਰਹੇ ਨੇ ਤਾਂ ਪੁਲਿਸ ਕਿਸਾਨਾਂ ਨੂੰ ਦੋਸ਼ੀ ਠਹਿਰਾ ਰਹੀ ਹੈ ਝੜਪ ਉਸ ਵਕਤ ਹੋਈ ਜਦੋਂ 16 ਕਿਸਾਨ ਜਿੱਥੇ ਬੰਦੀਆਂ ਵੱਲੋਂ ਚੰਡੀਗੜ੍ਹ ਚ ਦਿੱਤੇ ਜਾਣ ਵਾਲੇ ਦਰਨੇ ਦੇ ਮੱਦੇਨਜ਼ਰ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਲੋਂਗੋਵਾਲ ਨੂੰ ਹਿਰਾਸਤ ਵਿੱਚ ਲੈ ਲਿਆ ਜਿਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਬੱਡਬਰ ਰੋਡ ਤੇ ਧਰਨਾ ਸ਼ੁਰੂ ਕੀਤਾ ਤੇ ਜਦੋਂ ਬੱਡਬਰ ਟੋਲ ਪਲਾਜ਼ੇ ਵੱਲ ਜਾਣ ਲਈ ਅੱਗੇ ਵਧਣ ਲੱਗੇ ਤਾਂ ਪੁਲਿਸ ਨੇ ਬੈਰੀਕੇਡ ਲਾ ਕੇ ਉਹਨਾਂ ਨੂੰ ਰੋਕਿਆ ਤੇ ਔਰਤਾਂ ਦੇ ਕਿਸਾਨਾਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਕਿਸਾਨਾਂ ਨੇ ਦੱਸਿਆ ਕਿ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਗਾਲਾਂ ਵੀ ਕੱਢੀਆਂ ਬੀਬੀਆਂ ਵਾਲੀਆਂ ਬੱਸਾਂ ਦੇ ਸ਼ੀਸ਼ੇ ਵੀ ਭੰਨ ਦਿੱਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਕਿਸਾਨਾਂ ਨੇ ਪੁਲਿਸ ਦੀ ਧੱਕੇਸ਼ਾਹੀ ਤੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਤੇ ਫਿਰ ਰੋਹ ਦੇ ਵਿੱਚ ਆਏ ਕਿਸਾਨਾਂ ਨੇ ਪੁਲਿਸ ਨਾਲ ਹੱਥ ਪੰਜਾ ਲੈਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਇਹ ਜਿਹੜੀ ਖੂਨੀ ਝੜਪ ਹੋ ਗਈ ਤੇ ਇੱਕ ਕਿਸਾਨ ਦੀ ਜਾਨ ਚਲੀ ਗਈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ। ਵਿਰੋਧੀ ਧਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾਨੀ ਕਿਹਾ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਸਰਕਾਰ ਜੋ ਰੁਖ ਅਪਣਾ ਰਹੀ ਹੈ ਨਿੰਦਨਯੋਗ ਹੈ ਇਸ ਨਾਲ ਕਹਿੰਦੇ ਸਰਕਾਰਾਂ ਦਾ ਕਿਸਾਨਾਂ ਨੂੰ ਰਾਹਤ ਦੇਣ ਦਾ ਝੂਠ ਸਾਹਮਣੇ ਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਲਜੀਤ ਸਿੰਘ ਚੀਮਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਸਾਨਾਂ ਤੇ ਲਾਠੀ ਚਾਰਜ ਤੇ ਪੁਲਿਸ ਤਸ਼ੱਦਦ ਕੀਤੇ ਜਾਣ ਦੀ ਸਖਤ ਨਿਖੇਦੀ ਕੀਤੀ ਹੈ ਤੇ ਸੁਖਬੀਰ ਬਾਦਲ ਨੇ ਤਾਂ ਇਹ ਮੰਗ ਵੀ ਕਰ ਦਿੱਤੀ ਹੈ ਕਿ ਕਿਸਾਨ ਦੀ ਮੌਤ ਲਈ ਜ਼ਿੰਮੇਦਾਰ ਠਹਿਰਾਉਂਦਿਆਂ ਮੁੱਖ ਮੰਤਰੀ ਦੇ ਖਿਲਾਫ ਪਰਚਾ ਦਰਜ ਕੀਤਾ ਜਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਲੀਡਰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਕਿਸਾਨਾਂ ਤੇ ਹੋਏ ਅੰਨੇਵਾ ਲਾਠੀ ਚਾਰਜ ਦੀ ਸਖਤ ਨਿਖੇਦੀ ਕੀਤੀ ਹੈ ਉਹਨਾਂ ਕਿਹਾ ਕਿ ਇਸ ਲਾਠੀ ਚਾਰਜ ਨੇ ਸਿੱਧ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨ ਤੇ ਜਮਹੂਰੀਅਤ ਵਿਰੋਧੀ ਹੈ ਕੱਲ ਵਾਲੇ ਧਰਨਿਆਂ ਦੀ ਸ਼ੁਰੂਆਤ ਦਰਅਸਲ ਜੰਡੇਆਲਾ ਗੁਰੂ ਤੋਂ ਹੋਈ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਾਰਕੁਨਾਂ ਨੇ ਕਿਸਾਨ ਲੀਡਰ ਸਰਵੰਤ ਸਿੰਘ ਪੰਦੇਰ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਂਦੇ ਰੋਸ ਵਿੱਚ ਨਿੱਜਰਪੁਰਾ ਟੋਲ ਪਲਾਜ਼ਾ ਬੰਦ ਕਰਕੇ ਉਸ ਨੂੰ ਪਰਚੀ ਮੁਕਤ ਕਰਵਾ ਦਿੱਤਾ ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਪੰਜਾਬ ਸਰਕਾਰ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਨੀ ਕਰ ਦਿੱਤਾ ਸੰਘਰਸ਼ ਹੋਰ ਤਿੱਖਾ ਹੋਵੇਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਨੇ 22 ਅਗਸਤ ਤੋਂ ਚੰਡੀਗੜ੍ਹ ਵਿੱਚ ਧਰਨਾ ਲਾਉਣ ਦਾ ਐਲਾਨ ਤਾਂ ਕਈ ਦਿਨਾਂ ਦਾ ਕੀਤਾ ਹੋਇਆ ਸੀ ਪਰ ਕੱਲ ਇੱਕਦਮ ਸਰਕਾਰ ਤੇ ਪੁਲਿਸ ਨੂੰ ਭਾਜਣਾ ਪੈ ਗਈ ਪਾਵੇਂ ਪੰਜਾਬ ਸਰਕਾਰ ਨੇ 20 ਅਗਸਤ ਐਤਵਾਰ ਨੂੰ ਕਿਸਾਨਾਂ ਦੇ ਵਫਦ ਨਾਲ ਮੀਟਿੰਗ ਵੀ ਕੀਤੀ ਸੀ ਪਰ ਕੋਈ ਹੱਲ ਨਹੀਂ ਨਿਕਲਿਆ ਤੇ ਫਿਰ ਪੰਜਾਬ ਪੁਲਿਸ ਨੇ ਕੱਲ ਤੜਕੇ ਤੋਂ ਹੀ ਕਿਸਾਨ ਲੀਡਰਾਂ ਦੇ ਘਰਾਂ 'ਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸੀ ਸਰਵਣ ਸਿੰਘ ਪੰਦੇਰਸਣੇ ਦਰਜਨਾ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਮਾਝੇ ਦੇ ਵਿੱਚੋਂ ਤੇ ਪੂਰੇ ਪੰਜਾਬ ਦੇ ਵਿੱਚੋਂ 100 ਤੋਂ ਵੱਧ ਕਿਸਾਨ ਲੀਡਰ ਹਿਰਾਸਤ ਵਿੱਚ ਨੇ ਜੰਡੇਆਲਾ ਗੁਰੂ ਤੋਂ ਤਾਂ ਕੱਲ ਵੱਡੀ ਗਿਣਤੀ ਦੇ ਵਿੱਚ ਵੱਡੇ ਕਾਫਲੇ ਦੇ ਵਿੱਚ ਕਿਸਾਨਾਂ ਨੇ ਚੰਡੀਗੜ੍ਹ ਦੇ ਲਈ ਸ਼ਾਮ ਨੂੰ ਹੀ ਰਵਾਨਾ ਹੋ ਜਾਣਾ ਸੀ ਪਰ ਪੁਲਿਸ ਦੀ ਕਾਰਵਾਈ ਕਰਕੇ ਸਾਰਾ ਪ੍ਰੋਗਰਾਮ ਬिखर ਗਿਆ ਤੇ ਕਿਸਾਨਾਂ ਦੇ ਚੰਡੀਗੜ੍ਹ ਦੇ ਵਿੱਚ ਲੱਗਣ ਵਾਲੇ ਇਸ ਮੋਰਚੇ ਤੋਂ ਖਬਰਾਈ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਹੈ ਉਸ ਦੇ ਚਾਰੇ ਪਾਸੇ ਸਖਤ ਨਿਖੇਦੀ ਕੀਤੀ ਜਾ ਰਹੀ ਹੈ ਸੰਗਰੂਰ ਤੋਂ ਇੱਕ ਹੋਰ ਖਬਰ ਹੈ ਜਿੱਥੇ ਗੰਨੇ ਦੀ ਬਕਾਇਆ ਕਰੋੜਾਂ ਰੁਪਏ ਦੀ ਰਾਸ਼ੀ ਨਾ ਮਿਲਣ ਦੇ ਰੋਸ ਵਿੱਚ ਜੋ ਸੈਂਕੜੇ ਕਿਸਾਨਾਂ ਨੇ ਕੱਲ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਧੂਰੀ ਤੋਢੀ ਸੀ ਦਫ਼ਤਰ ਸੰਗਰੂਰ ਤੱਕ ਟਰੈਕਟਰ ਮਾਰਚ ਕੱਢਿਆ ਕਿਸਾਨਾਂ ਨੇ ਡੀਸੀ ਦਫ਼ਤਰ ਮੂਹਰੇ ਮੁੱਖ ਸੜਕ ਜਾਮ ਕਰ ਦਿੱਤੀ ਤੇ ਧਰਨਾ ਦਿੰਦਿਆਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਕਿਸਾਨਾਂ ਨੇ ਪ੍ਰਸ਼ਾਸਨ ਨੂੰ 2 ਦਿਨ ਦਾ ਅਲਟੀਮੇਟਮ ਦਿੱਤਾ ਹੈ ਜੇ 2 ਦਿਨਾਂ ਤੱਕ ਬਕਾਏ ਦੀ ਅਦਾਇਗੀ ਨਾ ਹੋਈ ਤਾਂ ਸੰਘਰਸ਼ ਦੀ ਰੂਪਰੇਖਾ ਹੋਰ ਹੋਵੇਗੀ ਨਸ਼ਿਆਂ ਦਾ ਦੈਂਤ ਇਹਤ ਪੰਜਾਬ ਦੇ ਨੌਜਵਾਨਾਂ ਨੂੰ ਲਗਾਤਾਰ ਨਿਗਲਦਾ ਜਾ ਰਿਹਾ ਹੈ ਇਸ ਦਰਮਿਆਨ ਸਰਕਾਰਾਂ ਦੀ ਕਾਰਗੁਜ਼ਾਰੀ ਬਿਲਕੁਲ ਹੀ ਨਾਂ ਦੇ ਬਰਾਬਰ ਕਹੀ ਜਾ ਸਕਦੀ ਹੈ ਕਿਉਂਕਿ ਰੋਜ਼ਾਨਾ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਮਿਲ ਰਹੀਆਂ ਨੇ ਤੁਹਾਨੂੰ ਦੱਸਣੀਆਂ ਪੈ ਰਹੀਆਂ ਨੇ ਸ਼ੇਰਪੁਰ ਦੇ ਵਿੱਚ ਕੱਲ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਨਾਲ ਮੌਤ ਹੋ ਗਈ ਹੈ ਪਛਾਣ ਰਵਿੰਦਰ ਸਿੰਘ ਲਾਡੀ ਵਜੋਂ ਹੋਈ ਹੈ 25 ਸਾਲ ਦੀ ਉਮਰ ਸੀ ਕਸਬਾ ਤਨੋਲਾ ਨੇੜਲੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਆਪਣੇ ਦੋਸਤ ਨਾਲ ਉਹਦੇ ਨਾਨਕੇ ਘਰ ਆਇਆ ਸੀ ਜਿੱਥੇ ਕੱਲ ਤੜਕੇ ਉਹਦੀ ਮੌਤ ਹੋ ਗਈ। ਸ਼੍ਰੀ ਗੋਇੰਦਵਾਲ ਸਾਹਿਬ ਦੇ ਮੁੰਡਾ ਪਿੰਡ ਦੇ ਵਿੱਚ ਇੱਕ ਨਾਬਾਲਗ ਦੀ ਮੌਤ ਨੇ ਤਾਂ ਸਭ ਨੂੰ ਸੁਣ ਕਰਕੇ ਰੱਖ ਦਿੱਤਾ ਹੈ ਮਰਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਦੀ ਉਮਰ ਸਿਰਫ 17 ਸਾਲ ਸੀ ਮਾਪਿਆਂ ਦਾ ਇਕਲੌਤਾ ਪੁੱਤ ਸੀ ਬਥੇਰਾ ਉਸ ਨੂੰ ਰੋਕਦੇ ਸੀ ਨਸ਼ਾ ਨਾ ਕਰੇ ਪਰ ਫਿਰ ਵੀ ਗਲਤ ਸੰਗਤ ਦਾ ਅਸਰ ਹੈ ਜਿਹੜਾ ਉਹ ਹੁੰਦਾ ਹੀ ਗਿਆ ਤੇ ਨਸ਼ਾ ਤਸਕਰਾਂ ਨੇ ਉਸ ਦੀ ਜਾਨ ਲੈ ਕੇ ਛੱਡੀ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਨਸ਼ਾ ਖਿਲਾਫ ਢਿੱਲੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜ੍ਹੇ ਕਰਦੇ ਕਿਹਾ ਹੈ ਕਿ ਇਲਾਕੇ ਵਿੱਚ ਨਸ਼ੇ ਸ਼ਰਿਆਂ ਵੇਚ ਰਹੇ ਨੇ ਛੋਟੀ ਉਮਰ ਦੇ ਬੱਚੇ ਨਸ਼ਿਆਂ ਦੇ ਆਦੀ ਬਣ ਰਹੇ ਨੇ ਘਰਾਂ ਦੇ ਘਰ ਬਰਬਾਦ ਹੋ ਰਹੇ ਨੇ ਦੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਦਾ ਦਾਵਾ ਕਰਨ ਵਾਲੀ ਪੁਲਿਸ ਤੇ ਸਰਕਾਰ ਸਿਰਫ ਖਾਨਾ ਪੂਰਤੀ ਕਰ ਰਹੀ ਹੈ ਉਹਨਾਂ ਦੱਸਿਆ ਕਿ ਉਹਨਾਂ ਦੇ ਪਿੰਡ ਮੁੰਡਾ ਪਿੰਡ ਦੇ ਵਿੱਚ ਤਾਂ ਨਸ਼ਾ ਆਸਾਨੀ ਨਾਲ ਮਿਲ ਜਾਂਦਾ ਆਲੇ ਦੁਆਲੇ ਦੇ ਪਿੰਡਾਂ ਦੇ ਨੌਜਵਾਨ ਵੀ ਇੱਥੋਂ ਨਸ਼ਾ ਲੈਣ ਲਈ ਆਉਂਦੇ ਨੇ ਤੀਜੀ ਖਬਰ ਪਧੌੜ ਤੋਂ ਮਿਲੀ ਹੈ ਜਿੱਥੇ 30 ਸਾਲ ਦੇ ਬਲਜੀਤ ਸਿੰਘ ਦੀ ਵੀ ਚਿੱਟੇ ਦੀ ਓਵਰਡੋਸ ਕਾਰਨ ਮੌਤ ਹੋ ਗਈ ਹੈ ਮੱਜੂਕੇ ਰੋਡ ਦਾ ਰਹਿਣ ਵਾਲਾ ਸੀ ਪੁਲਿਸ ਨੇ ਉਹੀ ਕਿਹਾ ਘੜਿਆ ਕਢਾਇਆ ਬਿਆਨ ਕਿ ਪਰਿਵਾਰ ਇਸ ਮਾਮਲੇ ਦੇ ਵਿੱਚ ਜਿਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਏਗਾ ਉਸ ਆਧਾਰ ਤੇ ਕਾਰਵਾਈ ਹੋਵੇਗੀ ਸੋ ਪੰਜਾਬ ਦੇ ਵਿੱਚ ਨਸ਼ਿਆਂ ਦਾ ਇਹ ਖੂਨੀ ਜਾਲ ਫੈਲਾਉਣ ਵਾਲੇ ਜਿਹੜੇ ਨਸ਼ਾ ਤਸਕਰ ਨੇ ਨੌਜਵਾਨਾਂ ਨੂੰ ਤਾਂ ਨਸ਼ਾ ਦੇ ਕੇ ਮਾਰ ਹੀ ਰਹੇ ਨੇ ਤੇ ਜੇ ਇਹਨਾਂ ਨੂੰ ਕੋਈ ਨਸ਼ੇ ਦਾ ਧੰਦਾ ਕਰਨ ਤੋਂ ਰੋਕਦਾ ਵੀ ਹੈ ਇਹ ਉਹਨੂੰ ਵੀ ਮਾਰ ਦਿੰਦੇ ਨੇ ਕੁਝ ਦਿਨ ਪਹਿਲਾਂ ਸਾਨੂੰ ਖਬਰ ਮਿਲੀ ਸੀ ਕਿ ਇੱਕ ਨੌਜਵਾਨ ਪਿੰਡ ਦੇ ਨੌਜਵਾਨ ਨੂੰ ਹੀ ਨਸ਼ਾ ਤਸਕਰ ਨੇ ਗੋਲੀਆਂ ਮਾਰ ਦਿੱਤੀਆਂ ਕਿਉਂਕਿ ਉਹ ਨਸ਼ੇ ਦੀ ਸਪਲਾਈ ਕਰਨ ਤੋਂ ਰੋਕ ਰਿਹਾ ਸੀ ਤੇ ਹੁਣ ਇੱਕ ਖਬਰ ਲੁਧਿਆਣਾ ਤੋਂ ਆਈ ਹੈ ਜਮਾਲਪੁਰ ਤਹਿਤ ਪਿੰਡ ਤਨਾਂਸੂ ਦੇ ਵਿੱਚ ਇੱਕ ਬਜ਼ੁਰਗ ਨੂੰ ਗੁਆਂਢਚ ਰਹਿੰਦੇ ਦੋ ਭਰਾਵਾਂ ਨੇ ਇੱਟਾਂ ਮਾਰ-ਮਾਰ ਕੇ ਮਾਰ ਦਿੱਤਾ ਮ੍ਰਿਤਕ ਦੀ ਪਛਾਣ ਸੰਤੋਖ ਸਿੰਘ ਵਜੋਂ ਹੋਈ ਹੈ ਸੰਤੋਖ ਸਿੰਘ ਦੇ ਪੁੱਤ ਜਸਵੰਤ ਸਿੰਘ ਨੇ ਦੱਸਿਆ ਕਿ ਗੁਆਂਢੀ ਦੋ ਭਰਾ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਨਸ਼ੀ ਦਾਤੰਦਾ ਕਰ ਰਹੇ ਨੇ ਤੇ ਪਿਤਾ ਲਗਾਤਾਰ ਉਹਨਾਂ ਨੂੰ ਰੋਕਦਾ ਸੀ ਇਸੇ ਕਰਕੇ ਦੋਵਾਂ ਪਰਿਵਾਰਾਂ ਦੀ ਬੈਂਸ ਵਾੜੀ ਹੋ ਗਈ ਦੁਸ਼ਮਣੀ ਪੈ ਗਈ ਤੇ ਬੀਤੇ ਦਿਨੀ ਜਦੋਂ ਪਿਤਾ ਨੇ ਕਹਿੰਦੇ ਮੁੜ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਤਾਂ ਉਹਨਾਂ ਨੇ ਰਾਤ ਨੂੰ ਇੱਟਾਂ ਨਾਲ ਉਹਨਾਂ ਦੇ ਪਿਓ ਤੇ ਹਮਲਾ ਕਰ ਦਿੱਤਾ ਜ਼ਖਮੀ ਹਾਲਤ ਵਿੱਚ ਸੰਤੋਖ ਸਿੰਘ ਨੂੰ ਹਸਪਤਾਲ ਤੱਕ ਲਿਜਾਇਆ ਗਿਆ ਪਰ ਰਾਹ ਦੇ ਵਿੱਚ ਹੀ ਮੌਤ ਹੋ ਗਈ। ਸ਼੍ਰੀ ਗੋਇੰਦਵਾਲ ਸਾਹਿਬ ਦੇ ਬਿਆਸ ਪੁਲ ਦੇ ਉੱਤੋਂ ਛਾਲਾ ਮਾਰ ਕੇ ਜਾਨਾਂ ਗਵਾਉਣ ਵਾਲੇ ਦੋਵੇਂ ਭਰਾਵਾਂ ਦੀਆਂ ਦੇਹਾਂ ਤਿੰਨ ਦਿਨ ਬੀਤਣ ਦੇ ਬਾਅਦ ਵੀ ਬਰਬਦ ਨਹੀਂ ਹੋ ਸਕੀਆਂ। ਇਨਾ ਭਰਾਵਾਂ ਨੇ ਲੰਘੇ ਦੇ ਜਲੰਧਰ ਦੇ ਥਾਣਾ ਮੁਖੀ ਦੇ ਜ਼ਲੀਲ ਕਰਨ ਤੋਂ ਬਾਅਦ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਸੀ ਤੇ ਇਸ ਮਾਮਲੇ 'ਚ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਮਲਜ਼ਮ ਹੈ ਜਿਹੜੀ ਉਹ ਪੁਲਿਸ ਹੈ ਪੀੜਤ ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਸ ਮਾਮਲੇ 'ਚ ਇਨਸਾਫ ਨਾ ਮਿਲੇ ਤਾਂ ਵੱਡਾ ਸੰਘਰਸ਼ ਹੋਵੇਗਾ ਜਦਕਿ ਦੂਸਰੇ ਪਾਸੇ ਪੁਲਿਸ ਕਹਿ ਰਹੀ ਹੈ ਕਿ ਵੱਖ-ਵੱਖ ਟੀਮਾਂ ਦੋਵੇਂ ਭਰਾਵਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਨੇ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾ ਸਕਦੀ ਹੈ ਸੋ ਇਹਦੇ ਵਿੱਚ ਵੀ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਮਾਮਲਾ ਪੁਲਿਸ ਦੇ ਖਿਲਾਫ ਹੈ ਇਲਜ਼ਾਮ ਪੁਲਿਸ ਦੇ ਖਿਲਾਫ ਲੱਗੇ ਨੇ ਮ੍ਰਿਤਕ ਦੇਹਾਂ ਦਰਿਆ ਦੇ ਵਿੱਚੋਂ ਕੱਢੀਆਂ ਜਾਣਗੀਆਂ ਲੱਭੀਆਂ ਜਾਣਗੀਆਂ ਇਮਾਨਦਾਰੀ ਦੇ ਨਾਲ ਜਾਂ ਨਹੀਂ ਉਨਾ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਦੇ ਵਿੱਚ ਵੀ ਕੋਈ ਦੂਰਾਈ ਨਹੀਂ ਕਹੀ ਜਾ ਸਕਦੀ ਜਿਹਾ ਹੋਣ ਦੀ ਸੰਭਾਵਨਾ ਹੈ ਬਟਾਲਾ ਦੇ ਹਲਕਾ ਸ਼੍ਰੀ ਹਰਗੁਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਆਪਣੇ ਦਫਤਰ ਚ ਆਪ ਵਰਕਰਾਂ ਦੇ ਵੱਲੋਂ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੀ ਕੁੱਟਮਾਰ ਤੇ ਪਗਲੌਣ ਦੀ ਘਟਨਾ ਤੋਂ ਇਨਕਾਰ ਕੀਤਾ ਹੈ ਉਹਨਾਂ ਨੇ ਇਹਨਾਂ ਸਾਰੀਆਂ ਤਸਵੀਰਾਂ ਵੀਡੀਓਜ਼ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕ ਤੇ ਮੁਲਾਜ਼ਮਾਂ ਦੇ ਵੱਲੋਂ ਤਨਖਾਹ ਨਾ ਮਿਲਣ ਦੇ ਰੋਸ ਵਿੱਚ ਜੋ ਲਾਇਆ ਗਿਆ ਧਰਨਾ ਕੱਲ ਚੌਥੇ ਦਿਨ ਵੀ ਜਾਰੀ ਇਹ ਹੈ ਬੀ ਤੇ ਸੀ ਵਰਗ ਦੇ ਮੁਲਾਜ਼ਮਾਂ ਦੇ ਵੱਲੋਂ ਇਹ ਧਰਨਾ ਰਜਿੰਦਰ ਸਿੰਘ ਬਾਗੜੀਆ ਦੀ ਅਗਵਾਈ ਹੇਠ ਲਾਇਆ ਗਿਆ ਹੈ ਤੇ ਅੱਜ ਅਧਿਆਪਕਾਂ ਦੇ ਵੱਲੋਂ ਕਲਾਸਾਂ ਦਾ ਬਾਈਕਾਟ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ 2 ਮਹੀਨਿਆਂ ਦੀ ਬਕਾਇਆ ਤਨਖਾਹ ਸੰਬੰਧੀ 18 ਨੂੰ ਹੋਈ ਮੀਟਿੰਗ ਦੌਰਾਨ ਰਜਿਸਟਰਾਰ ਨੇ 21 ਤੱਕ ਤਨਖਾਹ ਜਾਰੀ ਕਰਨ ਦਾ ਪ੍ਰੋਮਿਸ ਦਿੱਤਾ ਸੀ ਪਰ ਵਾਅਦਾ ਪੂਰਾ ਨਾ ਕੀਤੇ ਜਾਣ ਤੇ 22 ਅਗਸਤ ਨੂੰ ਯੂਨੀਵਰਸਿਟੀ ਦੇ ਸਾਰੇ ਅਧਿਆਪਕ ਖੋਜ ਤੇ ਅਧਿਆਪਨ ਕਾਰਜਾਂ ਦਾ ਮੁਕੰਮਲ ਬਾਈਕਾਟ ਸ਼ੁਰੂ ਕਰ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਬਿੱਲ ਲਿਆਓ ਇਨਾਮ ਪਾਓ ਨਵੀਂ ਐਪ ਪੰਜਾਬੀਆਂ ਦੇ ਲਈ ਲਾਂਚ ਕੀਤੀ ਹੈ ਇਸ ਆਪ ਤੇ ਖਪਤਕਾਰ ਖਰੀਦੀ ਵਸਤੂ ਦਾ ਬਿੱਲ ਅਪਲੋਡ ਕਰਕੇ ਲੱਕੀ ਡਰਾਅ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਹਰ ਮਹੀਨੇ ਸਰਕਾਰ ਦੇ ਵੱਲੋਂ ਲੱਕੀ ਡਰਾਅ ਕੱਢਿਆ ਜਾਇਆ ਕਰੇਗਾ ਲੀਬੀਆ ਦੇ ਵਿੱਚ ਬੰਦੀ ਬਣਾਏ ਪੰਜਾਬ ਤੇ ਹਰਿਆਣਾ ਦੇ 17 ਨੌਜਵਾਨ ਸੁਰੱਖਿਤ ਮੁਲਕ ਵਾਪਸ ਲਿਆਂਦੇ ਹਨ ਵਿਦੇਸ਼ ਮੰਤਰਾਲੇ ਨੇ ਲਗਾਤਾਰ ਕੋਸ਼ਿਸ਼ਾਂ ਕਰਕੇ ਹਥਿਆਰਬੰਦ ਗੁੱਟ ਦੇ ਕੋਲੋਂ ਇਨ੍ਹਾਂ ਨੌਜਵਾਨਾਂ ਨੂੰ ਛੁਡਵਾਇਆ ਹੈ ਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਇਹਨਾਂ ਨੌਜਵਾਨਾਂ ਦੀ ਮਦਦ ਕੀਤੀ। ਉਹਨਾਂ ਨੇ ਪਹਿਲਾਂ ਨੌਜਵਾਨਾਂ ਦੇ ਨਾਲ ਸੰਪਰਕ ਬਣਾਇਆ, ਬਾਅਦ ਵਿੱਚ ਵਿਦੇਸ਼ ਮੰਤਰਾਲੇ ਕੋਲ ਪਹੁੰਚ ਕੀਤੀ ਤੇ ਫਿਰ ਇਹਨਾਂ ਸਾਰੇ ਨੌਜਵਾਨਾਂ ਦੀ ਲੀਬੀਆ ਤੋਂ ਸੁਰੱਖਿਅਤ ਵਾਪਸੀ ਯਕੀਨੀ ਬਣਾਈ। ਸਾਨੀ ਨੇ ਨੌਜਵਾਨਾਂ ਨੂੰ ਧੋਖਾ ਦੇਣ ਵਾਲੇ ਏਜੰਟਾਂ ਦੇ ਖਿਲਾਫ ਕਾਰਵਾਈ ਕਰਨ ਦੀ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਅਪੀਲ ਕੀਤੀ ਹੈ। ਪੰਜਾਬ ਸਰਕਾਰ ਦੇ ਵੱਲੋਂ ਕਰਵਾਈਆਂ ਜਾਣ ਵਾਲੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਦੇ ਲਈ ਮਸ਼ਾਲ ਮਾਰਚ ਅੱਜ ਤੋਂ ਸ਼ੁਰੂ ਹੋਵੇਗਾ। ਖੇਡ ਮੰਤਰੀ ਗੁਰਵੀਤ ਸਿੰਘ ਮੀਥੀਅਰ ਨੇ ਦੱਸਿਆ ਕਿ ਖੇਡਾਂ ਦੀ ਰਵਾਇਤ ਮੁਤਾਬਕ ਇਸ ਵਾਰੀ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ 2 ਦੇ ਉਦਘਾਟਨੀ ਸਮਾਰੋਹ ਮੌਕੇ ਜਗਾਈ ਜਾਣ ਵਾਲੀ ਮਸ਼ਾਲ ਨੂੰ ਇੱਕ ਹਫ਼ਤਾ ਪੂਰੇ ਪੰਜਾਬ 'ਚ ਹਰ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਲਗਾਇਆ ਜਾਵੇਗਾ ਤੇ ਪੂਰੇ ਪੰਜਾਬ 'ਚ ਪਹੁੰਚਣ ਤੋਂ ਬਾਅਦ ਇਹ ਬਠਿੰਡੇ 29 ਅਗਸਤ ਨੂੰ ਪਹੁੰਚ ਜਿਥੇ ਕੀੜਾਂ ਤੇ ਦੂਸਰੇ ਸੀਜ਼ਨ ਦਾ ਉਦਘਾਟਨ ਹੋਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਕਮ ਹਾਈ ਕੋਰਟ ਵਿੱਚ ਚੱਲ ਰਹੇ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਕੇਸ ਵਿੱਚ ਸਿੱਕਮ ਸਰਕਾਰ ਵੱਲੋਂ ਕੀਤੀ ਜਾ ਰਹੀ ਢਿੱਲੀ ਕਾਰਵਾਈ ਤੇ ਇਤਰਾਜ਼ ਜਤਾਇਆ ਹੈ। ਇਹ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਨਾਲ ਸਬੰਧਤ ਹੈ। ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 1 ਸਤੰਬਰ ਨੂੰ ਰੱਖੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਬਾਰੇ ਬਣੀ ਸਬਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਐਸਜੀਪੀਸੀ ਵੱਲੋਂ ਸੀਨੀਅਰ ਐਡਵੋਕੇਟ ਏਪੀਐਸ ਸਾਲੂ ਵਾਲੀਆ ਤੇ ਵਕੀਲ ਨਵੀਨ ਬ ਕਿ ਸਿੱਕਮ ਹਾਈ ਕੋਰਟ ਵੱਲੋਂ 27 ਅਪ੍ਰੈਲ ਨੂੰ ਮਾਮਲਾ ਅਦਾਲਤ ਦੇ ਬਾਹਰ ਹੱਲ ਕਰਨ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਸਥਾਨਕ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਸ ਮਾਮਲੇ 'ਚ ਬਣਦੀ ਕਾਰਵਾਈ ਕਰਦੀ ਪਰ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਕੋਈ ਉਦਦਮ ਨਹੀਂ ਕੀਤਾ ਜਦਕਿ ਕੱਲ ਦੀ ਕਾਰਵਾਈ ਵਿੱਚ ਐਸਜੀਪੀਸੀ ਦੇ ਵਕੀਲਾਂ ਨੇ ਅਦਾਲਤ ਵਿੱਚ ਗੁਰਧਾਮ ਨਾਲ ਸਬੰਧਿਤ ਦਸਤਾਵੇਜ਼ ਪੇਸ਼ ਕੀਤੇ ਨੇ ਇਤਿਹਾਸ ਦੇ ਹਵਾਲਿਆਂ ਰਾਹੀਂ ਗੁਰਦੁਆਰਾ ਸਾਹਿਬ ਦੀ ਪ੍ਰਮਾਣਿਕਤਾ ਨੂੰ ਦਰਜ ਕੀਤਾ ਉਹਨਾਂ ਨੇ ਭਾਰਤੀ ਫੌਜ ਦੀਆਂ ਸਿੱਖ ਤੇ ਪੰਜਾਬ ਬਟਾਲੀਅਨਾਂ ਵੱਲੋਂ ਉੱਥੇ ਲਾਈਆਂ ਗਈਆਂ ਯਾਦਗਾਰੀ ਸੱਲਾਂ ਬਾਰੇ ਵੀ ਦੱਸਿਆ ਜੋ ਅੱਜ ਵੀ ਉੱਥੇ ਮੌਜੂਦ ਨੇ। ਅਦਾਲਤ ਨੂੰ ਦੱਸਿਆ ਗਿਆ ਕਿ ਸਮੇਂ-ਸਮੇਂ ਤੇ ਸਰਕਾਰਾਂ ਦੇ ਨੁਮਾਇੰਦੇ ਵੀ ਗੁਰੂ ਅਸਥਾਨ ਨੂੰ ਮਾਨਤਾ ਦਿੰਦੇ ਰਹੇ ਨੇ ਜਿਦੇ ਵਿੱਚ ਅਕਤੂਬਰ 1983 ਵਿੱਚ ਸਥਾਨਕ ਵਿਧਾਇਕ ਦੇ ਵੱਲੋਂ ਗੁਰਦੁਆਰਾ ਗੁਰੂ ਡਾਂਗਮਰ ਸਾਹਿਬ ਦੀ ਡਿਊਟੀ ਦਾ ਨੀ ਪੱਥਰ ਰੱਖਣਾ ਵੀ ਸ਼ਾਮਲ ਹੈ। ਐਸਜੀਪੀਸੀ ਨੇ ਕਿਹਾ ਕਿ ਇਹਨਾਂ ਸਾਰੇ ਤੱਥਾਂ ਤੋਂ ਪੂਰੀ ਤਰ੍ਹਾਂ ਦੇ ਨਾਲ ਸਾਬਿਤ ਹੁੰਦਾ ਹੈ ਕਿ ਗੁਰਦੁਆਰਾ ਡਾਂਗਮਰ ਸਾਹਿਬ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਯਾਦਗਾਰੀ ਅਸਥਾਨ ਹੈ ਤੇ ਇੱਥੇ ਹੋਰ ਕਿਸੇ ਦਾ ਹੱਕ ਨਹੀਂ ਹੋ ਸਕਦਾ